ਸਸਿਕਾ ਦੋਸਤੋ ਤੁਹਾਡੇ ਆਪਣੇ ਚੈਨਲ ਮਾਈਂਡ ਕੁਇਜ਼ ਦੇ ਵਿੱਚ ਤੁਹਾਡਾ ਸਵਾਗਤ ਹੈ। ਇਹ ਇੱਕ ਇਨਫੋਰਮੇਟਿਵ ਪਲੇਟਫਾਰਮ ਹੈ ਜਿਸ ਦੇ ਵਿੱਚ ਜੌਬ ਅਲਰਟ ਨੋਟੀਫਿਕੇਸ਼ਨ ਅਤੇ ਹੋਰ ਬਹੁਤ ਸਾਰੀਆਂ ਇਨਫੋਰਮੇਸ਼ਨ ਤੁਹਾਨੂੰ ਪ੍ਰੋਵਾਈਡ ਕਰਵਾਈ ਜਾਂਦੀ ਹੈ। ਪੰਜਾਬ ਦੇ ਵਿੱਤ ਵਿਭਾਗ ਵੱਲੋਂ 20/9/2024 ਨੂੰ ਇੱਕ ਪੱਤਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਲਈ ਜਾਰੀ ਕੀਤਾ ਗਿਆ। ਪੰਜਾਬ ਦੇ ਵਿੱਚ ਮੁਲਾਜ਼ਮ ਅਤੇ ਪੈਨਸ਼ਨਰਾਂ ਦੀ ਹਰ ਮਹੀਨੇ ₹200 ਪੰਜਾਬ ਡਿਵੈਲਪਮੈਂਟ ਟੈਕਸ ਦੀ ਕਟੌਤੀ ਹੁੰਦੀ ਹੈ ਅਤੇ ਇਸ ਨੂੰ ਲੈ ਕੇ ਪੰਜਾਬ ਦੀ ਵਿੱਤ ਸ਼ਾਖਾ ਵਿੱਤ ਵਿਭਾਗ ਵੱਲੋਂ ਇੱਕ ਤਾਜ਼ਾ ਪੱਤਰ ਜਾਰੀ ਕੀਤਾ ਗਿਆ ਹੈ। ਸਾਲ 2018 ਤੋਂ ਪੰਜਾਬ ਦੇ ਜਿਹੜੇ ਮੁਲਾਜ਼ਮ ਅਤੇ ਪੈਨਸ਼ਨਰ ਨੇ ਉਹਨਾਂ ਦੀ ਤਨਖਾਹ ਅਤੇ ਪੈਨਸ਼ਨ ਚੋਂ ਹਰ ਮਹੀਨੇ ₹200 ਪੰਜਾਬ ਡਿਵੈਲਪਮੈਂਟ ਟੈਕਸ ਕੱਟਿਆ ਜਾਂਦਾ ਹੈ। ਇਸ ਨੂੰ ਲੈ ਕੇ ਇਸ ਸਾਲ ਦੀ ਜਨਵਰੀ ਮਹੀਨੇ 2024 ਵਿੱਚ ਇੱਕ ਪੱਤਰ ਜਾਰੀ ਕਰਕੇ ਇਸ ਦੇ ਸੰਬੰਧ ਵਿੱਚ ਕੁਝ ਕਲੈਰੀਫਿਕੇਸ਼ਨ ਦਿੱਤੀ ਗਈ ਸੀ। ਇਸ ਦੇ ਵਿੱਚ ਲਿਖਿਆ ਗਿਆ ਸੀਗਾ ਕਿ ₹200 ਪ੍ਰਤੀ ਮਹੀਨਾ ਜਿਹੜੀ ਹੈ ਉਹ ਕਿਸ ਦੀ ਕਟੌਤੀ ਕੀਤੀ ਜਾਵੇਗੀ। ਬਹੁਤ ਸਾਰੇ ਪੈਨਸ਼ਨਰ ਨੇ ਜਿਨ੍ਹਾਂ ਦਾ ਕਹਿਣਾ ਸੀ ਕਿ ਜਿਹੜਾ ₹200 ਪ੍ਰਤੀ ਮਹੀਨਾ ਪੰਜਾਬ ਡਿਵੈਲਪਮੈਂਟ ਟੈਕਸ ਦੀ ਕਟੌਤੀ ਹੁੰਦੀ ਹੈ ਉਹ ਕੇਵਲ ਇੰਪਲਾਈਜ਼ ਨੇ ਉਹਨਾਂ ਦੀ ਹੋਣੀ ਚਾਹੀਦੀ ਹੈ, ਪੈਨਸ਼ਨਰ ਦੀ ਨਹੀਂ। ਇਸ ਦੇ ਵਿੱਚ ਜਨਵਰੀ 'ਚ ਜੋ ਕਲੈਰੀਫਿਕੇਸ਼ਨ ਆਈ ਸੀ ਉਸ 'ਚ ਦੱਸਿਆ ਗਿਆ ਕਿ ਜਿਹੜਾ ਪਰਸਨ ਜਿਸ ਦੀ ਤਨਖਾਹ 12 ਮਹੀਨਿਆਂ ਦੀ ਅਗਰ ਮੰਨੀਏ ਉਹ ਟੈਕਸੇਬਲ ਹੈ, ਤਾਂ ਅਗਰ ਕਿਸੇ ਮੁਲਾਜ਼ਮ ਜਾਂ ਪੈਨਸ਼ਨਰ ਦੀ ਤਨਖਾਹ ਜਾਂ ਪੈਨਸ਼ਨ ਟੈਕਸੇਬਲ ਹੈ ਤਾਂ ਫਿਰ ₹200 ਪ੍ਰਤੀ ਮਹੀਨਾ ਉਸਦਾ ਕੱਟਿਆ ਹੀ ਜਾਵੇਗਾ। ਇੱਥੇ ਗੱਲ ਆਉਂਦੀ ਹੈ ਕਿ ਟੈਕਸੇਬਲ ਇਨਕਮ ਹੋਣੀ ਚਾਹੀਦੀ ਹੈ। ਇਸ ਨੂੰ ਲੈ ਕੇ ਬਹੁਤ ਸਾਰੇ ਸਵਾਲ ਇਸ ਪੱਤਰ ਵਿੱਚ ਕੀਤੇ ਗਏ ਸੀ ਕਿਉਂਕਿ ਇਸ ਵਿੱਚ ਕਿਤੇ ਵੀ ਪੈਨਸ਼ਨਰ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ ਗਿਆ ਸੀ ਅਤੇ ਇਸ ਨੂੰ ਲੈ ਕੇ ਲਗਾਤਾਰ ਵੱਖ-ਵੱਖ ਵਿਭਾਗਾਂ ਦੇ ਵਿੱਚ ਪੈਨਸ਼ਨ ਜੋ ਨੇ ਉਹਨਾਂ ਨੇ ਪ੍ਰਾਰਥਨਾ ਪੱਤਰ ਦਿੱਤੇ ਕਿ ਸਾਡਾ ਜਿਹੜਾ ਹੈ ਪੰਜਾਬ ਡਿਵੈਲਪਮੈਂਟ ਟੈਕਸ ਨਹੀਂ ਕੱਟਿਆ ਜਾਣਾ ਚਾਹੀਦਾ। ਹੁਣ ਇਸ ਨੂੰ ਲੈ ਕੇ ਤਾਜ਼ਾ ਪੱਤਰ 20/9/2024 ਨੂੰ ਜਾਰੀ ਕੀਤਾ ਗਿਆ ਹੈ ਵਿੱਤ ਵਿਭਾਗ ਵੱਲੋਂ। ਇਸ ਵਿੱਚ ਇਹ ਸਾਫ਼ ਲਿਖਿਆ ਗਿਆ ਹੈ ਕਿ ਵਿੱਤ ਵਿਭਾਗ ਦਾ ਜੋ 23/1/2024 ਦਾ ਪੱਤਰ ਸੀ ਜਿਸ ਦੇ ਸੰਬੰਧ ਵਿੱਚ ਜਿਵੇਂ ਕਿ ਇਸ ਪੱਤਰ ਦੇ ਵਿਸ਼ੇ ਵਿੱਚ ਪੂਰੀ ਤਰ੍ਹਾਂ ਸਪਸ਼ਟ ਕੀਤਾ ਗਿਆ ਕਿ ਇਹ ਪੱਤਰ ਪੈਨਸ਼ਨਰ ਅਤੇ ਇੰਪਲਾਈਜ਼ ਦੋਨਾਂ ਤੇ ਲਾਗੂ ਹੁੰਦਾ ਹੈ, ਪਰ ਕੁਝ ਵਿਭਾਗਾਂ ਵੱਲੋਂ ਵਿੱਤ ਵਿਭਾਗ ਦੇ ਧਿਆਨ 'ਚ ਲਿਆਂਦਾ ਗਿਆ ਸੀ ਕਿ ਇਸ ਪੱਤਰ ਦੇ ਪੈਰਾ ਨੰਬਰ 4 ਦੇ ਵਿੱਚ ਕੇਵਲ ਇੰਪਲਾਈ ਸ਼ਬਦ ਲਿਖਿਆ ਹੈ ਜਿਸ ਵਿੱਚ ਪੈਨਸ਼ਨਰ ਸ਼ਬਦ ਨਹੀਂ ਲਿਖਿਆ। ਸੋ ਇਸ ਨੂੰ ਲੈ ਕੇ ਇੱਕ ਤਾਜ਼ਾ ਅਪਡੇਟ, ਇੱਕ ਤਾਜ਼ਾ ਪੱਤਰ ਜਾਰੀ ਕੀਤਾ ਗਿਆ ਹੈ। ਇਹ ਸਾਫ਼ ਕੀਤਾ ਗਿਆ ਹੈ ਕਿ ਵਿੱਤ ਵਿਭਾਗ ਦੇ ਉੱਤਰ ਪੱਤਰ ਪੈਰਾ ਨੰਬਰ 4 ਵਿੱਚ ਇੰਪਲਾਈ ਸ਼ਬਦ ਦੀ ਥਾਂ ਤੇ ਇੰਪਲਾਈਜ਼ ਅਤੇ ਪੈਨਸ਼ਨਰ ਦੋਨੋਂ ਪੜਿਆ ਜਾਵੇ। ਇਸਦਾ ਮਤਲਬ ਇਹ ਹੈ ਕਿ ਪੰਜਾਬ ਸਰਕਾਰ ਦੇ ਮੁਲਾਜ਼ਮ ਅਤੇ ਪੈਨਸ਼ਨਰ ਨੇ ਜੋ ਉਹਨਾਂ ਦੀ ਮਹੀਨਾਵਾਰ ₹200 ਪੰਜਾਬ ਡਿਵੈਲਪਮੈਂਟ ਟੈਕਸ ਦੀ ਕਟੌਤੀ ਕਰਦੀ ਰਹੇਗੀ, ਇਹ ਉਹਨਾਂ ਕਰਮਚਾਰੀਆਂ ਅਤੇ ਪੈਨਸ਼ਨਰਾਂ ਦੀ ਹੋਵੇਗੀ ਜਿਨ੍ਹਾਂ ਦੀ ਤਨਖਾਹ ਜਾਂ ਪੈਨਸ਼ਨ ਟੈਕਸੇਬਲ ਹੈ। ਅੱਜ ਦੀ ਵੀਡੀਓ ਦੇ ਵਿੱਚ ਨਹੀਂ, ਵੀਡੀਓ 'ਚ ਬਣੇ ਰਹਿਣ ਦੀ ਤੁਹਾਡਾ ਬਹੁਤ ਬਹੁਤ ਧੰਨਵਾਦ। ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ। ਥੈਂਕ ਯੂ।